सत श्री अकाल, स्वागत है सारे ही दर्शकों का। खबर पड़ताल वेख रहे हो तुसी ते मैं हाँ गगनदीप सिंह। किसानी अंदोलन दे विच 8 दसंबर दे बंद ऐलान है ते उसनू लैके भी हुण अंदोलन दे उत्ते सब दीआं निगाहां टिक चुकीआं ने ते भारत दे विच भी इसनू लैके चर्चावां तेज हो चुकीआं ने। इस दे उत्ते खुल के विचार चर्चा अज इस प्रोग्राम दे विच करांगे ते साडे नाल मौजूद ने सीनियर पत्रकार सुरेंद्र डल्ला जी। पहला स्वागत करदे हां, फिर चर्चा ते बंदवाद। बहुत धन्यवाद जी, सारेयां दा बहुत बहुत धन्यवाद। ਡੱਲਾ ਜੀ, 8 ਦਸੰਬਰ ਦੇ ਬੰਦ ਨੂੰ ਲੈ ਕੇ ਐਲਾਨ ਕੀਤਾ ਕਿਸਾਨ ਜਥੇਬੰਦੀਆਂ ਨੇ ਤੇ ਪ੍ਰੈਸ ਵਾਰਤਾ ਵੀ ਕੀਤੀ ਹੈ, ਕੀ ਕੁਝ ਖਾਸ ਹੈ? ਦੇਖੋ, ਕਿਸਾਨ ਜਥੇਬੰਦੀਆਂ ਨੇ ਤਾਂ ਪਹਿਲਾਂ ਵੀ ਕਹਿਤਾ ਸੀ ਕਿ ਅਸੀਂ 8 ਦਸੰਬਰ ਨੂੰ ਬੰਦ ਰੱਖਣਾ ਹੈ, ਔਰ ਕੱਲ ਵੀ ਸ਼ਾਮ ਨੂੰ ਉਹਨਾਂ ਨੇ ਮੀਟਿੰਗ ਕੀਤੀ ਹੈ। ਬੰਦ ਨੂੰ ਕਿਵੇਂ ਕਾਮਯਾਬ ਕੀਤਾ ਜਾਵੇ, ਬੰਦ ਦੇ ਵਿੱਚ ਕੀ ਕਰਨਾ ਹੈ, ਐਂਬੂਲੈਂਸ ਨੂੰ ਨਹੀਂ ਰੋਕਿਆ ਜਾਣਾ, ਜਿਨ੍ਹਾਂ ਦੇ ਵਿਆਹ ਸਮਾਗਮ ਨੇ, ਬਰਾਤਾਂ ਜਾਣੀਆਂ ਨੇ, ਲੋਕਾਂ ਦੇ ਮੈਰਿਜ ਪੈਲਸ ਬੁੱਕ ਨੇ, ਹਾਲਾਂਕਿ ਕੋਵਿਡ ਕਰਕੇ ਸੰਖਿਆ ਘੱਟ ਹੁੰਦੀ ਹੈ, ਸੋ ਲਾੜੇ ਨੂੰ, ਬਰਾਤ ਨੂੰ, ਰਿਸ਼ਤੇਦਾਰਾਂ ਨੂੰ ਨਹੀਂ ਰੋਕਿਆ ਜਾਣਾ। ਜਿਹੜੇ ਲੋਕ ਬੰਦ ਦੇ ਸਮੇਂ ਵਿਆਹ ਸਮਾਗਮਾਂ 'ਚ ਜਾਣਗੇ, ਵਿਆਹ ਦਾ ਕਾਰਡ ਨਾਲ ਰੱਖੋ ਜਾਂ ਵਟਸਐਪ ਦੇ ਉੱਤੇ ਉਹਦੀ ਫੋਟੋ ਜ਼ਰੂਰ ਰੱਖੋ। ਲਾੜੇ ਦੇ ਤਾਂ ਚਲੋ ਪਤਾ ਲੱਗ ਹੀ ਜਾਣਾ, ਸਿਹਰਾ ਸੂਰਾ ਲੱਗਿਆ ਹੁੰਦਾ, ਕਿਰਪਾਨ ਪਾਈ ਹੁੰਦੀ ਨਾਲ। ਹੁਣ ਕਿਸਾਨਾਂ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਇਹ ਬੰਦ ਪੂਰੇ ਮੁਲਕ ਦਾ ਹੋਊਗਾ, ਬੜਾ ਪ੍ਰਭਾਵੀ ਬੰਦ ਹੋਊਗਾ, ਔਰ ਸਾਡੇ ਵੱਲੋਂ ਪੂਰੇ ਮੁਲਕ ਦੇ ਵਿੱਚ ਮੁਕੰਮਲ ਤਿਆਰੀ ਕੀਤੀ ਗਈ ਹੈ ਸ਼ਾਂਤੀਪੂਰਵਕ ਬੰਦ ਦੀ। ਇਹ ਵੀ ਸੁਨੇਹੇ ਦਿੱਤੇ ਗਏ ਨੇ ਕਿ ਸਾਡੇ 'ਚ ਕੋਈ ਅਜਿਹੇ ਸਮਾਜ ਵਿਰੋਧੀ ਤੱਤ ਨਾ ਰਲ ਜਾਣ। ਸੋ ਕਿਸਾਨ ਜਥੇਬੰਦੀਆਂ ਨੂੰ ਵੀ ਸੁਨੇਹੇ ਲਾਏ ਗਏ ਨੇ ਕਿ ਤੁਸੀਂ ਸਾਰੇ ਪਾਸੇ ਆਪ ਨਿਗਰਾਨੀ ਰੱਖਣੀ ਹੈ ਤਾਂ ਕਿ ਕੋਈ ਲੋਕ ਸਾਜ਼ਿਸ਼ ਰਚ ਕੇ ਇਸ ਬੰਦ ਨੂੰ ਕਿਤੇ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੇ। ਔਰ ਵੱਖ ਵੱਖ ਪੋਲੀਟੀਕਲ ਪਾਰਟੀਆਂ ਨੇ ਵੀ ਗਗਨ ਇਸ ਬੰਦ ਨੂੰ ਖੁੱਲ੍ਹਾ ਸਮਰਥਨ ਦਿੱਤਾ ਹੈ। ਕਾਂਗਰਸ ਵੱਲੋਂ ਬੰਦ ਦਾ ਸਮਰਥਕ ਆ ਗਿਆ, TRS ਵੱਲੋਂ ਬੰਦ ਦਾ ਸਮਰਥਨ ਆ ਗਿਆ, ਆਮ ਆਦਮੀ ਪਾਰਟੀ ਨੇ ਵੀ ਬੰਦ ਨੂੰ ਸਮਰਥਨ ਦੇ ਦਿੱਤਾ, ਭਾਵੇਂ ਦਿੱਲੀ 'ਚ ਉਹਨਾਂ ਨੇ ਕਾਨੂੰਨ ਹੈ ਜਿਹੜੇ ਉਹ ਲਾਗੂ ਕਰਾਏ ਹੋਏ ਨੇ। ਪਰ ਅਰਵਿੰਦ ਕੇਜਰੀਵਾਲ ਨੇ ਤਾਂ ਵੀ ਸੱਦਾ ਮਾਰਿਆ ਕਿ ਅਸੀਂ ਬੰਦ ਦੇ ਵਿੱਚ ਸਮਰਥਨ ਕਰਦੇ ਹਾਂ ਕਿਸਾਨਾਂ ਦਾ, ਸ਼ਾਂਤੀਪੂਰਵਕ ਬੰਦ ਦੇ ਵਿੱਚ। ਸੋ ਇਹ ਬੰਦ ਬੜਾ ਪ੍ਰਭਾਵੀ ਹੋਊਗਾ, ਔਰ ਮੈਨੂੰ ਇਹ ਲੱਗਦਾ ਕਿ ਕੋਵਿਡ ਦੇ ਸਮੇਂ ਜਿਹੜੇ ਬੰਦ ਰਹੇ ਨੇ, ਲੋਕਡਾਊਨ ਦੇ ਸਮੇਂ, ਉਦੋਂ ਵੀ ਲੋਕ ਕੁਝ ਨਾ ਕੁਝ ਜ਼ਰੂਰੀ ਕੰਮਾਂ ਲਈ ਆ ਜਾਂਦੇ ਸੀ। ਇਹ ਬੰਦ ਉਸ ਤੋਂ ਜ਼ਿਆਦਾ ਪ੍ਰਭਾਵੀ ਹੋਊਗਾ ਕਿਉਂਕਿ ਇਹ ਕਿਸਾਨਾਂ ਦੇ ਹੱਕ 'ਚ ਮੈਨੂੰ ਲੱਗਦਾ ਹੈ ਕਿ ਮੁਲਕ ਖੜ੍ਹਾ ਹੋਊਗਾ। ਪੂਰੇ ਦੇਸ਼ ਦੇ ਲੋਕ ਇਸ ਗੱਲ ਨੂੰ ਸਮਝਦੇ ਨੇ ਕਿ ਜੇ ਰਾਸ਼ਨ ਮਹਿੰਗਾ ਹੋ ਗਿਆ, ਆਟਾ ਮਹਿੰਗਾ ਹੋ ਗਿਆ, ਚੌਲ ਮਹਿੰਗੇ ਹੋ ਗਏ, ਤਾਂ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਕਿਵੇਂ ਚੱਲੂਗੀ? ਦੇਖੋ, ਕਿਸੇ ਵੀ ਮੁਲਕ ਦੇ ਵਿੱਚ ਜਿਹੜੇ ਕਾਰਪੋਰੇਟ ਘਰਾਣੇ ਨੇ, ਉਹਨਾਂ ਦੀ ਬਹੁਤ ਵੱਡੀ ਅਹਿਮੀਅਤ ਹੈ ਆਰਥਿਕਤਾ ਦੇ ਵਿੱਚ। ਕਾਰਪੋਰੇਟ ਘਰਾਣਿਆਂ ਦੀ ਬਹੁਤ ਵੱਡੀ ਅਹਿਮੀਅਤ ਹੈ, ਪਰ ਇਹ ਨਹੀਂ ਕਦੇ ਵੀ ਹੋ ਸਕਦਾ ਕਿ ਅਸੀਂ ਮੁਲਕ ਦੀ ਵੱਡੀ ਆਰਥਿਕਤਾ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦਈਏ ਅਤੇ ਕਾਰਪੋਰੇਟ ਘਰਾਣੇ ਮਨਮਰਜ਼ੀਆਂ ਕਰਨ ਆਉਣ ਵਾਲੇ ਸਮੇਂ 'ਚ। ਇਸ ਕਰਕੇ ਜੇ ਕਿਸੇ ਨਾਲ ਦੋਸਤੀ ਹੈ, ਅਗਰ ਕਿਸੇ ਦੀ ਦੇਸ਼ ਦੀ ਤਰੱਕੀ 'ਚ ਯੋਗਦਾਨ ਹੈ, ਇਹਦਾ ਮਤਲਬ ਇਹ ਨਹੀਂ ਕਿ ਦੇਸ਼ ਦਾ ਵੱਡਾ ਹਿੱਸਾ ਉਹਦੇ ਸਪੁਰਦ ਕਰ ਦਿਓ, ਪਰ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦਿੱਤਾ ਜਾਣਾ ਕੋਈ ਚੰਗਾ ਜਿਹੜਾ ਹੈਗਾ ਇਹ ਰੁਝਾਨ ਨਹੀਂ ਹੈ। ਔਰ ਜਿਸ ਤਰ੍ਹਾਂ ਨਾਲ ਖੇਤੀਬਾੜੀ 'ਚ ਕਾਰਪੋਰੇਟ ਘਰਾਣੇ ਆ ਰਹੇ ਨੇ, ਉਹਦੇ ਉੱਪਰ ਸਰਕਾਰ ਦੀ ਮੋਨੀਟਰਿੰਗ ਚਾਹੀਦੀ ਹੈ। ਇਹ ਨਹੀਂ ਕਿ ਸਰਕਾਰ ਮਦਦ ਕਰੇ ਕਿ ਸਾਰਾ ਵਪਾਰ ਹੈ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਵੱਲ ਨੂੰ ਰੁੜ ਕੇ ਚੱਲ ਜਾਵੇ। ਸੋ ਮੰਡੀ ਦਾ ਸੰਤੁਲਨ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਮੈਂ ਬੜਾ ਹੈਰਾਨ ਹਾਂ, ਦੇਖੋ ਕਿੱਡੇ ਕਾਮਯਾਬ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੇ ਕਿੱਡੀਆਂ ਵੱਡੀਆਂ ਪਲਾਂਘਾਂ ਪੱਟਤੀਆਂ। ਆਹ ਸਰਕਾਰੀ BSNL ਨਹੀਂ ਚੱਲਿਆ ਇੱਕ, ਹੈ ਜੀ, ਆਹ ਪ੍ਰਾਈਵੇਟ ਕੰਪਨੀਆਂ ਵਾਲੇ ਕਿਵੇਂ ਆਪਣੇ ਸਿਮ ਵੇਚੀ ਜਾਂਦੇ ਨੇ, ਲੋਕ ਚਾਰ ਲਈ ਫਿਰਦੇ ਨੇ, BSNL ਦਾ ਇੱਕ ਇੱਕ ਸਿਮ ਵੀ ਨਹੀਂ ਨਿਕਲਦਾ ਜੇਬਾਂ 'ਚੋਂ। ਆਹ ਫੋਨ ਖਰਾਬ ਹੋ ਜਾਵੇ BSNL ਵਾਲਾ ਤਾਂ ਲੋਕਾਂ ਦੀ ਜਾਨ 'ਤੇ ਬਣ ਜਾਂਦੀ, ਕਈ ਦਿਨ ਠੀਕ ਕਰਨ ਵਾਲੇ ਨਹੀਂ ਆਉਂਦੇ। BSNL ਭਾਰਤ ਸੰਚਾਰ ਨਿਗਮ ਲਿਮਿਟਡ, ਇਹ ਤਾਂ ਮੋਦੀ ਸਾਹਿਬ ਦੇ ਅੰਡਰ ਹੈ ਅਦਾਰਾ। ਜੇ ਮੋਦੀ ਸਾਹਿਬ ਨੇ ਬਾਕੀ ਪਾਸੇ ਐਡੇ ਵਿਕਾਸ ਕਰਤੇ, BSNL ਦਾ ਕਿਉਂ ਨਹੀਂ ਕੀਤਾ? ਕਈ ਲੋਕ ਇਹ ਵੀ ਖਤਰਾ ਪ੍ਰਗਟ ਕਰਦੇ ਆ ਵੀ ਇਹ ਵੀ ਕਾਰਪੋਰੇਟ ਘਰਾਣਿਆਂ ਕੋਲ ਸਰਕਾਰ ਦੇਣ ਦੀ ਯੋਜਨਾ ਬਣਾ ਰਹੀ ਹੈ, ਇਸੇ ਕਰਕੇ ਇਹਦੇ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਕਈ ਹਵਾਈ ਅੱਡੇ ਸਾਡੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾਣ। ਜਿੱਥੇ ਕੋਈ ਚੀਜ਼ ਲੱਗਦੀ ਹੈ ਸੰਤੁਲਨ ਦੇ ਨਾਲ ਦਿੱਤੀ ਜਾਣੀ ਚਾਹੀਦੀ ਹੈ। ਕਾਰਪੋਰੇਟ ਘਰਾਣੇ ਵਾਲੇ ਕੋਈ ਬਾਹਰਲੇ ਮੁਲਕ ਤੋਂ ਨਹੀਂ ਆਏ, ਸਾਡੇ ਹੀ ਮੁਲਕ ਦੇ ਨੇ, ਸਾਡੇ ਹੀ ਉਦਯੋਗਪਤੀ ਨੇ, ਪਰ ਸਭ ਕੁਝ ਦੇ ਦਿੱਤਾ ਜਾਣਾ ਚੰਗੀ ਗੱਲ ਨਹੀਂ। ਸੰਤੁਲਨ, ਬਰਾਬਰਤਾ ਦਾ ਨਿਯਮ, ਉਹ ਜਿਹੜਾ ਹੈਗਾ ਉਹ ਲਾਗੂ ਹੋਣਾ ਚਾਹੀਦਾ। ਹੁਣ ਜਦੋਂ ਖੇਤੀ ਕਾਨੂੰਨਾਂ 'ਚ ਕਿਸਾਨਾਂ ਨੂੰ ਡਰ ਇਹ ਹੈ ਕਿ ਇੱਥੇ ਬਰਾਬਰਤਾ ਦਾ ਨਿਯਮ ਲਾਗੂ ਨਹੀਂ ਹੋਣਾ, ਸੋ ਸਰਕਾਰ ਨੂੰ ਚਾਹੀਦਾ ਕਿ ਬਰਾਬਰਤਾ ਦਾ ਨਿਯਮ ਲਾਗੂ ਕਰੇ, ਮੁਕਾਬਲੇ ਦੀ ਜਿਹੜੀ ਭਾਵਨਾ ਉਹ ਖਤਮ ਨਾ ਹੋਵੇ। ਮੁਕਾਬਲੇ ਤੋਂ ਪਹਿਲਾਂ ਹੀ ਇਹ ਨਹੀਂ ਦੇਖਣਾ ਚਾਹੀਦਾ ਕਿ ਇਸ ਵਿਸ਼ੇਸ਼ ਧਿਰ ਨੂੰ ਜਿਤਾਉਣ ਦੀ ਇੱਛਾ ਰੱਖਦੀ ਹੈ ਸਰਕਾਰ, ਹੈ ਨਹੀਂ, ਇਹ ਇੱਕ ਤਰੀਕੇ ਦੀ ਸੱਟੇਬਾਜ਼ੀ ਹੋ ਜਾਂਦੀ ਹੈ। ਸੋ ਮੁਕਾਬਲੇ ਦੀ ਜਿਹੜੀ ਹੈ ਯੋਜਨਾ ਉਲੀਕਣੀ ਚਾਹੀਦੀ ਹੈ। ਅਗਰ ਕਾਰਪੋਰੇਟ ਘਰਾਣਿਆਂ ਨੇ ਖੇਤੀਬਾੜੀ ਦੇ ਸੈਕਟਰ 'ਚ ਆਉਣਾ,
तो वो एक तय निजमां के तहत सरकार निजम तय करे भी अगर कारपोरेट घराने खेतीबाड़ी चाहना चाहते हैं तो उन्होंने की निजम कानून ने किहड़े कायदे कानून ने एक संतुलन बना के रखना मुल्क बहुत जरूरी है। उन्होंने शर्त बन्नी जानी चाहिए है कि कोई भी कारपोरेट घराना इस तो वध फसल खरीद नहीं सकूगा ताकि वध तो वध कारपोरेट घराने व्यापारी इस कारोबार दे विच आउण। इस करके असंतुलन है जिहड़ा ये असंतुलन ही इस विरोध की जड़ है और जिस पद्धर ते गगन अंदोलन पहुँच गया मैनू नहीं लगता कि किसान खेतीबाड़ी कानून रद्द कराए बिना मन्नणगे और सरकार दे लई हर दिन दे नाल मुश्किलां वधदियां जाणगियां। हमेशा मैं कहना सरकार दी गर्दन बहुत लचकदार होनी चाहीदी है। सो सरकारां दे लई जिद्दां नहीं करनियां चाहीदियां। सो खेती कानून देखो पांच पांच मीटिंगां करके भी किसानां नूं नहीं समझा सके ते तुसीं इह गल समझ लो कि किसान समझदार ने। किसानां ने किन्ने पॉइंट लिख के दित्ते आ हुण सरकार ने यह भी नहीं किया कि यह पॉइंट गलत है। हुण साडा खेतीबाड़ी मंत्री कही जांदा है कि जरूरी संशोधनां ते असीं विचार कर रहे हैं। संशोधन की करने हैं तुसीं कानून सस्पेंड करो। मैं बड़े सीनियर पत्रकार ने जतिंदर पन्नू साहब उन्हां दी गल सुन रहा सी वो कहिंदे एक साल लई सस्पेंड कर दिओ जे राह कढ़णा है जी। एक साल लई कानून सस्पेंड कर दिओ एक साल च गलबात करके तय कर लो भी आपां असली कानून की शक्ल की देनी है ता कि जिहड़ा रेड़का बनिया ये रेड़का तो ना बने। बिल्कुल। सो इस करके सरकार कोले देखो एडी ठंड है इन्नी ठंड च सड़कां ते साडे लोग सुते पए ने। मंत्री तो सरकारी कोठियां च हीटर भी लाउण लग गए होणगे दिल्ली वाले है नी। बिल्कुल। अजकल नाले उन्होंने किहड़ा साडे वांग रॉड वाले हीटर लाउणे आ। वो तो अजकल तेल तूल पैंदा बहुत बड़े बड़े तकड़े हीटर होंदे किड्डियां उन्हां कोल सहूलतां ने। बिल्कुल। सो इस करके इस सरकार नूं चाहीदा है कि किसानां दी गल सुने। धरने मार रहे ने किसान बच्चे उत्थे बैठे ने। मैं बड़ा हैरान हूं एक मंत्री बार बार कही जांदा है भी बजुर्गों ते बच्चों नूं घर भेज दो। तुसीं सारिआं नूं घर भेजो कानून पास करके जी है जी नाले थोड़े हार पा के जाणगे गल च फुल्लां दा। बिल्कुल। सो इस करके कुछ चंगा काम करना चाहिए सारे मंत्रियों जी। ते डल साहब इस दे नाल जिहड़ी 9 दसंबर की मीटिंग सती है उहनूं किद्दां वेख रहे हो? देखो 9 दसंबर के सवाल के नाल मैंने एक गल याद आ गई। ऑल इंडिया मोटर ट्रांसपोर्ट कांग्रेस है वह भी हमायत कर रही है जी। उन्होंने वालों भी बहुत वड्डी हमायत की जानी है। चक्का जाम दोपहर में कहिंदे असीं कर देना। सो ये बहुत वड्डे अंदोलन का रूप है जिहड़ा ये पूरा सानू नज़र आऊगा। और जिहड़ी तुसीं 9 दसंबर की मीटिंग की गल कर रहे हो देखो मैनू नहीं लगता कि 9 दसंबर की मीटिंग दे विच कोई हल निकलू। किसान तो पहले ही कहिंदे यस नो करो सानू और 8 दसंबर के बंद तो बाद किसानां दे हौसले होर बुलंद हो जाएंगे। सो सरकार नूं हुण मैनू इह लगदा कि सरकार नूं बिना वक्त गवाए आ साडा प्रोग्राम खत्म हुंदे ही जां शाम तक कल नूं तां बंद है अज शाम तक ही सरकार ऐलान कर दे कि असीं खेती कानून जिहड़े लागू किए ने उह वापस लैने आ मुअत्तल करदे आ और पार्लीमेंट का सैशन सरकार बुलावे। पार्लीमेंट का सैशन बुलावे और बार बार फिर उही गल आ गई ना जी ऑर्डीनेंस क्यों लिआंदा सरकार ने। पूरे मुल्क चर्चा कराउंदी सरकार ऑर्डीनेंस लिया के फिर 6 महीनों उन्हों विधानसभा पार्लीमेंट लिया के पास भी करता रात तक पार्लीमेंट चली तो उन्होंने जबरदस्ती पास भी करा लिया। सो तत्ता तत्ता खाण का नुकसान भी होंदा तत्ते का ही नुकसान होया ना। काल साडे पुराने बजुर्ग कहिंदे काली अगे टोए काली अगे टोए नाले दिल्ली पंजाबियों लई कोई बहुत ही दूर नहीं आ 300-400 की वाट तो ट्रालियां दी उही पूरी हो जाती है। मैं कहना ट्रालियां ना होण घोड़ियां दी पहुँच जाते पंजाबी है जी तुर के भी चले जाते हैं साढ़े जे यूपी बिहार वाले सैकलों से उत्थे पहुँच सकते हैं तो आ पंजाबियों नूं दिल्ली की है। सो पंजाबियों अगे जिहड़े अंदोलन ने शांतिपूर्वक अंदोलन वो बहुत लंबे असी चला सकते हैं पंजाबी सारे जी। सो सारे पासे हर कौम हर धर्म हर फिरके का लोग है जिहड़े साढ़े भारत वो हमायत कर रहे हैं किसानों के हक च ते सरकार ने मैनूं लगता उहे जिहा काम फड़ लिया जिमें मनमोहन सिंह की सरकार ने कांग्रेस की सरकार ने अन्ना हज़ारे के अंदोलन के खिलाफ जद की सी। फिर देख लो तुसीं अन्ना हज़ारे के अंदोलन का नतीजा की निकलिया जी तो मैनूं लगता उहे जिहा काम भी ना हो जाए फिर जी। तो डला जी इत जे हरियाणे के कहते खाप पंचायतों ने जिहड़ा ऐलान किया भाजपा के कुछ मुख आगू ने जां दुष्यंत चौटाला होनी ने इन्हां दा समाजिक बायकाट किया जाए उस तो बाद इहदा असर भी देख देखो हरियाणे च तां असर देख गया जिहड़े जे जे पी वाले है वह तो छड्डण नूं फिरदे आ हुण वह तो उन्होंने आप कोई हुण तरीका जा नहीं लभदा भी किवें छड्डीए जी। उन्होंने यह भी डर है भी असीं पहलां किसानां दा समर्थन किया नहीं जे कितें दोबारा वोटां पै गईआं पता नहीं साडी मशीन च कुछ निकलू कि नहीं निकलू। सो पर बीजेपी की हरियाणे की सरकार ते खतरा गगन खड़ा जी। खाप पंचायतां स्पष्ट कही जांदियां भी असीं हुक्का पानी बंद कर देंगे
ਵਿਧਾਇਕਾਂ ਦਾ ਜਿਹੜੇ ਕਿਸਾਨਾਂ ਦੇ ਅੰਦੋਲਨ 'ਚ ਨਹੀਂ ਆਉਣਗੇ। ਸੋ ਹੁਣ ਹੁਣ ਤਾਂ ਬੀਜੇਪੀ ਦੀਆਂ ਉੱਥੇ 31 ਸੀਟਾਂ ਤੁਸੀਂ ਮੈਨੂੰ ਦੱਸਦੇ ਸੀ ਹੈਗੀਆਂ, ਜੇ ਸਰਕਾਰ ਟੁੱਟ ਕੇ ਦੁਬਾਰਾ ਵੋਟਾਂ ਪੈ ਗਈਆਂ ਤਾਂ ਬੀਜੇਪੀ ਦਾ ਭਾਂਡਾ ਖਾਲੀ ਰਹਿ ਸਕਦਾ ਉੱਥੇ। ਬਿਲਕੁਲ। ਸੋ ਇਸ ਕਰਕੇ ਲੋਕਾਂ ਦੇ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਹੈ ਜਿਹੜਾ, ਇਹ ਬਹੁਤ ਵੱਡਾ ਸਮਰਥਨ ਲੈ ਗਿਆ, ਕਿਉਂਕਿ ਲੋਕ ਹੱਕ ਸੱਚ ਦੀ ਲੜਾਈ ਲੜ ਰਹੇ ਨੇ। ਇਸ ਕਰਕੇ ਜ਼ਰੂਰਤ ਇਹੀ ਹੈ ਵੀ ਹੁਣ ਸਰਕਾਰ ਲੋਕਾਂ ਦਾ ਸਾਥ ਦੇਵੇ ਅਤੇ ਇਹ ਕਾਨੂੰਨਾਂ ਨੂੰ ਇਹਨਾਂ ਨੂੰ ਰੱਦ ਕਰੇ। ਤੁਸੀਂ ਦੇਖੋ ਸਾਡੇ ਪੰਜਾਬ ਦੇ ਕਿੰਨੇ ਕਿੰਨੇ ਲੋਕ ਵਾਰ ਵਾਰ ਉੱਥੇ ਜਾ ਰਹੇ ਨੇ। ਔਰ ਮੈਂ ਦੇਖ ਰਿਹਾ ਸੀ ਕੱਲ੍ਹ ਪਰਸੋਂ, ਮੈਂ ਚੰਡੀਗੜ੍ਹੋਂ ਆ ਰਿਹਾ ਸੀ, ਦਿੱਲੀ ਵਾਲੀ ਰੋਡ ਤੋਂ ਮੈਂ ਆਇਆ, ਕਿੱਡੀ ਵੱਡੀ ਗਿਣਤੀ 'ਚ ਟਰਾਲੀਆਂ ਹਜੇ ਵੀ ਤੁਰੀਆਂ ਜਾਂਦੀਆਂ ਜੀ, ਟਰਾਲੀਆਂ ਹਜੇ ਵੀ ਜਾਈ ਜਾਂਦੀਆਂ ਨੇ। ਮੁੜਨ ਵਾਲੀ ਟਰਾਲੀ ਟਾਵੀਂ ਟਾਵੀਂ ਸੀ, ਇੱਕ ਦੋ ਕਹਿੰਦੇ ਵਾਰੀਆਂ ਬੰਨੀਆਂ ਹੋਈਆਂ ਨੇ ਕਈਆਂ ਨੇ, ਤਾਂ ਵੀ ਚਲੋ 5-7 ਦਿਨ ਅਸੀਂ ਲਾ ਲਏ, 6 ਟਰਾਲੀਆਂ ਆਉਣਗੀਆਂ, 2 ਟਰਾਲੀਆਂ ਵਾਲੇ ਵਾਪਸ ਜਾ ਕੇ ਖੇਤੀ ਦੀ ਰਾਖੀ ਕਰਨਗੇ। ਸੋ ਐਡੀ ਵੱਡੀ ਗਿਣਤੀ 'ਚ ਟਰਾਲੀਆਂ ਜਾ ਰਹੀਆਂ ਨੇ, ਪੂਰੇ ਮੁਲਕ ਤੋਂ ਆ ਰਹੀਆਂ ਨੇ। ਹੁਣ ਤਾਂ ਦਿੱਲੀ ਚਾਰੇ ਪਾਸਿਓਂ ਰਸਤੇ ਜਾਮ ਹੋਏ ਪਏ ਨੇ। ਸੋ ਸਰਕਾਰ ਨੂੰ ਇਹ ਚਾਹੀਦਾ ਕਿ ਦਿੱਲੀ ਦੇ ਲੋਕਾਂ ਬਾਰੇ ਵੀ ਸੋਚੇ, ਐਡੀ ਠੰਡ 'ਚ ਪੰਜਾਬ ਦੇ ਲੋਕਾਂ ਬਾਰੇ ਵੀ ਸੋਚੇ, ਜਿਹੜੇ ਬਾਰਡਰ 'ਤੇ ਰੋਕ 'ਤੇ ਦਿੱਲੀ ਦੇ ਹੈ ਜੀ। ਬਿਲਕੁਲ। ਉਹ ਸਮੇਂ ਸਿਰ ਉਹਨਾਂ ਨੂੰ ਦਿੱਲੀ ਤੁਸੀਂ ਕਿਸੇ ਸਟੇਡੀਅਮ 'ਚ ਮੈਦਾਨ 'ਚ ਜਾਣ ਦੇ ਦਿੰਦੇ ਅਤੇ ਚਲੋ ਫਿਰ ਵੀ ਕੋਈ ਗੱਲ ਹੋਰ ਸੀ, ਹੁਣ ਤੁਸੀਂ ਆਪ ਉਹਨਾਂ ਨੂੰ ਸੜਕਾਂ 'ਤੇ ਰੋਕਿਆ। ਸੋ ਇਸ ਕਰਕੇ ਉਹਨਾਂ ਦੇ ਜਾਣ ਦਾ ਇੰਤਜ਼ਾਮ ਹੁਣ ਇਹਨਾਂ ਕਾਨੂੰਨਾਂ ਦੇ ਨਾਲ ਹੀ ਹੋਣਾ, ਨਹੀਂ ਤਾਂ ਮੁੜਨੇ ਨਹੀਂ। ਪੰਜਾਬੀ ਜੀ, ਪੰਜਾਬੀਆਂ ਦਾ ਇਤਿਹਾਸ ਹੈ ਜਿਹੜਾ ਗਗਨ, ਉਹ ਸਾਰੀ ਕਹਾਣੀ ਬਿਆਨ ਕਰਦਾ। ਬਿਲਕੁਲ ਜੀ। ਅਤੇ ਇਸ ਦੇ ਨਾਲ ਹੀ ਡੱਲਾ ਜੀ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ ਹੁਣੀ ਉਹਨਾਂ ਦਾ ਬਿਆਨ ਆਇਆ ਸੀ, ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਉਹਨਾਂ ਦੇ ਕੈਨੇਡੀਅਨ ਹਾਈ ਕਮਿਸ਼ਨ ਨੂੰ ਤਲਬ ਕੀਤਾ ਗਿਆ, ਕਿੱਦਾਂ ਵੇਖ ਰਹੇ ਹੋ ਸਾਰੇ? ਨਹੀਂ ਦੇਖੋ, ਮੈਨੂੰ ਇਹ ਲੱਗਦਾ ਕਿ ਜਸਟਿਨ ਟਰੂਡੋ ਦੇ ਬਿਆਨ ਦੇ ਵਿੱਚ ਕੋਈ ਭਾਰਤ ਵਿਰੋਧੀ ਗੱਲ ਨਹੀਂ ਸੀ ਜੀ। ਸ਼ਾਂਤੀਪੂਰਵਕ ਪ੍ਰਦਰਸ਼ਨ ਨੇ ਜਿਹੜੇ, ਉਹ ਪੂਰੀ ਦੁਨੀਆ ਦੇ ਵਿੱਚ ਜਦੋਂ ਹੁੰਦੇ ਨੇ ਅਸੀਂ ਵੀ ਸਮਰਥਨ ਕਰਦੇ ਹਾਂ, ਭਾਰਤ ਦੇ ਲੋਕ ਵੀ ਸ਼ਾਂਤੀਪੂਰਵਕ ਸਮਰਥਨਾਂ ਪ੍ਰਦਰਸ਼ਨਾਂ ਦਾ ਸਮਰਥਨ ਕਰਦੇ ਨੇ। ਦੇਖੋ, ਕਿਸਾਨਾਂ ਨੇ ਤਾਂ ਹਿੰਸਾ ਕੀਤੀ ਹੋਈ ਨਹੀਂ, ਹਿੰਸਾ ਤਾਂ ਸਾਡੀ ਸਰਕਾਰਾਂ ਨੇ ਕੀਤੀ ਹੈ। ਪਾਣੀ ਦੀਆਂ ਵਿਛਾੜਾਂ ਕਿਸਾਨਾਂ ਨੇ ਮਾਰੀਆਂ ਸੀ ਹੈ ਜੀ, ਅਥਰੂ ਗੈਸ ਦੇ ਗੋਲੇ ਕਿਸਾਨਾਂ ਨੇ ਛੱਡੇ, ਕਿਸਾਨਾਂ ਕੋਲ ਕਿੱਥੇ ਹੁੰਦੇ ਅਥਰੂ ਗੈਸ ਦੇ ਗੋਲੇ? ਆ ਜਿਹੜੇ ਐਡੀਆਂ ਐਡੀਆਂ ਸੜਕਾਂ 'ਤੇ ਟੋਏ ਪਾ ਤੇ, ਉਹ ਕਿਸਾਨਾਂ ਨੇ ਪਾਏ ਸੀ ਕਿਤੇ? ਕਿਸਾਨਾਂ 'ਤੇ ਹਿੰਸਾ ਕੀਤੀ ਗਈ, ਲਾਠੀਚਾਰਜ ਕੀਤਾ ਗਿਆ, ਤਸ਼ੱਦਦ ਕੀਤਾ ਗਿਆ, ਅਤੇ ਫਿਰ ਉਹਦੇ 'ਚ ਜਸਟਿਨ ਟਰੂਡੋ ਨੇ ਮਾੜਾ ਕੀ ਕਿਹਾ ਹੈ ਜੀ? ਇਹ ਤਾਂ ਕਹਿੰਦੇ ਰਿਵਾਜ਼ ਹੈ, ਜਿਹੋ ਜਿਹਾ ਪਾਲੋ। ਜੇ ਅਸੀਂ ਗੁਆਂਢੀਆਂ ਨੂੰ ਸਾਗ ਦੇਵਾਂਗੇ, ਜਿੱਦਣ ਧਰਾਂਗੇ, ਜਿੱਦਣ ਉਹ ਸਾਗ ਬਣਾਉਣਗੇ ਸਾਨੂੰ ਮੋੜ ਦੇਣਗੇ। ਬਿਲਕੁਲ ਹੈ ਜੀ। ਜਿੱਦਣ ਅਸੀਂ ਗੁੜ ਦੇਵਾਂਗੇ, ਉਹ ਵੀ ਸਾਨੂੰ ਗੁੜ ਦੇਣ ਲੱਗ ਜਾਣਗੇ। ਹੁਣ ਸਾਡੇ ਤਾਂ ਜਦੋਂ ਗਏ ਸੀ ਅਮਰੀਕਾ, ਕਹਿੰਦੇ ਅਬ ਕੀ ਵਾਰ ਟਰੰਪ ਸਰਕਾਰ ਜੀ ਹੈ ਜੀ, ਅਤੇ ਆਹ ਓਬਾਮੇ ਨੇ ਲਿਖਤਾ ਮਨਮੋਹਨ ਸਿੰਘ ਬਾਰੇ, ਰਾਹੁਲ ਗਾਂਧੀ ਬਾਰੇ, ਅਤੇ ਓਬਾਮੇ ਦੀ ਤਾਂ ਨਿੰਦਾ ਕਿਸੇ ਨੇ ਕੀਤੀ ਨਹੀਂ। ਓਬਾਮਾ ਸਾਬਕਾ ਰਾਸ਼ਟਰਪਤੀ ਹੈ, ਉਹਨੇ ਆਪਣੀ ਕਿਤਾਬ 'ਚ ਆਹ ਜ਼ਿਕਰ ਕਰਤਾ, ਉਦੋਂ ਤਾਂ ਫਿਰ ਤਲਬ ਕੀਤਾ ਨਹੀਂ ਗਿਆ ਅਮਰੀਕਾ ਦਾ ਹਾਈ ਕਮਿਸ਼ਨਰ ਵੀ ਆਪਣੀ ਸਰਕਾਰ ਕੋਲ ਪ੍ਰੋਟੈਸਟ ਦਰਜ ਕਰਾਓ, ਭਾਵੇਂ ਤੁਸੀਂ ਰਾਸ਼ਟਰਪਤੀ ਹੋ ਜਾਂ ਨਹੀਂ ਹੋ, ਤੁਸੀਂ ਰਾਸ਼ਟਰਪਤੀ ਦੇ ਕਾਰਜਕਾਲ ਦੇ ਦੌਰਾਨ ਕੋਈ ਵੀ ਭੇਦ ਸਾਰਵਜਨਿਕ ਨਹੀਂ ਕਰੋਗੇ। ਮੁਲਕ ਦੀ, ਇੰਡੀਆ ਦੀ ਕਿੱਡੀ ਬਦਨਾਮੀ ਕੀਤੀ ਜੀ ਉੱਥੇ ਬੀਜੇਪੀ ਵਾਲੇ, ਕਈ ਮੈਂ ਦੇਖਦਾ ਸੀ ਖੁਸ਼ੀ ਬੜੇ ਹੁੰਦੇ ਸੀ ਟੀਵੀ 'ਚ ਨਿੰਦ ਕੇ ਕਾਂਗਰਸ ਨੂੰ, ਅਤੇ ਉੱਥੇ ਜਾ ਕੇ ਅਸੀਂ ਵੀ ਤਾਂ ਕਹਿੰਦੇ ਸੀ ਅਬ ਕੀ ਵਾਰ ਟਰੰਪ ਸਰਕਾਰ, ਉਹ ਤਾਂ ਬਣੀ ਨਹੀਂ। ਬਿਲਕੁਲ। ਹੁਣ ਜੇ ਅਸੀਂ ਦੂਸਰੇ ਮੁਲਕ ਦੀ ਸਿਆਸਤ 'ਚ ਹਿੱਸਾ ਲਵਾਂਗੇ, ਟਰੰਪ ਨੂੰ ਇੱਥੇ ਬੁਲਾ ਕੇ ਰੈਲੀਆਂ ਕਰਾਂਗੇ ਮੈਦਾਨਾਂ 'ਚ ਹੈ ਜੀ, ਅਤੇ ਜਸਟਿਨ ਟਰੂਡੋ ਨੂੰ ਤਾਂ ਇਮੀਗ੍ਰੇਸ਼ਨ ਦੀ ਪੋਲਿਸੀ ਹੈ, ਪੰਜਾਬੀਆਂ ਨੂੰ ਕਿੰਨਿਆਂ ਨੂੰ ਤਾਂ ਉੱਥੇ ਰੁਜ਼ਗਾਰ ਮਿਲਦਾ, ਪੜ੍ਹਾਈ ਕਰਨ ਜਾਂਦੇ ਨੇ ਪੰਜਾਬੀ ਹੈ ਜੀ, ਅਤੇ ਜਸਟਿਨ ਟਰੂਡੋ ਦਾ ਤਾਂ ਪੰਜਾਬੀਆਂ ਨਾਲ ਸੰਬੰਧ ਹੀ ਐਡਾ ਤਕੜਾ, ਉਹ ਤਾਂ ਆਪ ਪੱਗ ਬੰਨਦਾ ਜਸਟਿਨ ਟਰੂਡੋ। ਬਿਲਕੁਲ ਹੈ ਜੀ, ਮੈਂ ਤਾਂ ਉਹਨੂੰ ਜਸਟਿਨ ਸਿੰਘ ਟਰੂਡੋ ਹੀ ਕਹਿੰਦਾ ਹੁਣ ਅੱਜ ਕੱਲ੍ਹ ਜੀ। ਸੋ ਇਸ ਕਰਕੇ ਇਹ ਜਿਵੇਂ ਅਸੀਂ ਰੀਤ ਪਾਲਾਂਗੇ, ਜਿਵੇਂ ਅਸੀਂ ਰੀਤ ਪਾਲਾਂਗੇ ਉਵੇਂ ਰੀਤ ਚੱਲੀ ਜਾਣੀ ਹੈ। ਸੋ ਪਹਿਲਾਂ ਤਾਂ ਸਾਡੀ ਸਰਕਾਰ ਨੂੰ ਚਾਹੀਦਾ ਕਿ ਕਿਸੇ ਮੁਲਕ 'ਚ ਜਾ ਕੇ ਉੱਥੋਂ ਦੀ ਸਰਕਾਰ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਾ ਦੇਵੇ ਜੀ, ਭਾਵੇਂ ਸਾਡੀ ਸੂਬੇ ਦੀ ਸਰਕਾਰ ਹੈ, ਭਾਵੇਂ ਕੋਈ ਕੇਂਦਰ ਦੀ ਸਰਕਾਰ ਹੈ ਹੈ ਜੀ। ਬਿਲਕੁਲ। ਸੋ ਇਸ ਕਰਕੇ ਆਪਾਂ ਵੀ ਤਾਂ ਗਏ ਸੀ ਨਾ ਉੱਧਰ ਜੀ, ਗੁਆਂਢੀਆਂ ਦੇ ਪ੍ਰਧਾਨ ਮੰਤਰੀ ਨੂੰ ਉਪਹਾਰ ਦੇਣ। ਬਿਲਕੁਲ। ਅਤੇ ਮੁੜ ਕੇ ਫਿਰ ਜੇ ਸਿੱਧੂ ਨੇ ਜੱਫੀ ਪਾ ਲਈ ਤਾਂ ਆਪਾਂ ਨੂੰ ਇਤਰਾਜ਼ ਹੋ ਗਿਆ ਜੀ। ਸੋ ਇਸ ਕਰਕੇ ਇਹ ਮੈਂ ਜਸਟਿਨ ਟਰੂਡੋ ਨੇ ਜੋ ਕਿਹਾ, ਹੁਣ ਦੇਖੋ ਯੂਨਾਈਟਿਡ ਸਟੇ, ਜਿਹੜਾ ਯੂਨਾਈਟਿਡ ਨੇਸ਼ਨਸ ਦਾ ਬਿਆਨ ਆ ਗਿਆ ਜੀ ਉੱਥੋਂ ਦੇ ਜਨਰਲ ਸਕੱਤਰ ਦਾ ਜੀ, ਵੀ ਸਾਡਾ ਰੁੱਖ ਉਹੀ ਹੈ ਜੋ ਪੂਰੀ ਦੁਨੀਆ 'ਚ ਹੈ, ਵੀ ਸ਼ਾਂਤੀਪੂਰਵਕ ਸਮਰਥਨ ਨੇ, ਪ੍ਰਦਰਸ਼ਨ ਨੇ ਜਿਹੜੇ, ਉਹਨਾਂ ਦਾ ਸਮਰਥਨ ਹੋਣਾ ਚਾਹੀਦਾ। ਇਹ ਤਾਂ ਭਾਰਤ ਦਾ ਸੰਵਿਧਾਨ ਵੀ ਕਹਿੰਦਾ ਕਿ ਸ਼ਾਂਤੀਪੂਰਵਕ ਵਿਰੋਧ ਪ੍ਰੋਟੈਸਟ ਕਰਨਾ ਸਾਡਾ ਡੈਮੋਕ੍ਰੈਟਿਕ ਰਾਈਟ ਹੈ ਜੀ, ਅਤੇ ਜੇ ਜਸਟਿਨ ਟਰੂਡੋ ਨੇ ਵੀ ਉਹ ਗੱਲ ਕਹਿਤੀ ਜਾਂ ਯੂਨਾਈਟਿਡ ਨੇਸ਼ਨ ਨੇ ਵੀ ਉਹ ਗੱਲ ਕਹਿਤੀ, ਤਾਂ ਉਹਦੇ 'ਚ ਮੈਨੂੰ ਲੱਗਦਾ ਕੋਈ ਕਿੰਤੂ ਪਰੰਤੂ ਹੋਣਾ ਨਹੀਂ ਚਾਹੀਦਾ। ਬਾਕੀ ਠੀਕ ਹੈ, ਸਾਡੀ ਸਰਕਾਰ ਨੂੰ ਜੇ ਇਹ ਲੱਗਦਾ
कि कनेडा ने भारत के मामलों दखल दिता है तो साड़ी सरकार ये भी स्पष्टीकरण दे दे भी अमरीका च जाके या ट्रंप की रैली जी कराई सी कि वह किसी तरह का दखल नहीं पॉलिटिक्स जी। सो इस करके सियाने कहिंदे ने जैसी करनी वैसी भरनी, बिल्कुल टिट फॉर टैट, अदले का बदला, यह परंपरा बन गई। हुण होर भी लीडर बयान देणगे, यूके वाले ने भी दिता ढेसी ने जी। यूके दे किन्ने मैंबर पार्लीमेंट ने किया, देखो पंजाबियों का कहना तो बनता ही है, पूरी दुनिया च पंजाबी प्रोटेस्ट कर रहे हैं, उन्होंने भैन भरा तो पंजाब च ही है ना, आ जिहड़े दिल्ली बार्डर से बैठे है इन्हां दे रिश्तेदारी कनेडा बैठे है, अमरीका बैठे है, यूएसए बैठे है, वह कि चन्न तो उतरे ने है जी, इसे मिट्टी च ही खेडते गए ने ना, वह इथों की उन्होंने गन्ने चूपे, इथों दी ही छलियां खाधियां, इथों का ही झोना कटते कटते चले गए, बिल्कुल। सो दर्द है उन्होंने भी, वो देखो जिन्ना, देखो मैं बार बार क्यों कहना हुंदा, जिन्हें प्रोटेस्ट करते लोग थोनू दिल्ली च दिख रहे ने, उन्हां प्रोटेस्ट थोनू दुनिया के दूजे मुल्कां च दिख रहे, बिल्कुल उत्थे तक किसी ने उन्होंने पानी दियां बछाड़ा मारिया नहीं, ना अथरू गैस के गोले छड़े, असीं एवें गोले खराब करी जांदे आ अथरू गैस के, सांभ के रखने चाहिए, लोड़ वेले काम आउंदे। सो किसानी अंदोलन दी विच हुण अगले पड़ावां दी वल किसानी अंदोलन है, हालांकि 9 दसंबर दी मीटिंग दे उत्तों सब नूं उम्मीदां ने कि जिस तरह खेतीबाड़ी मंत्री दे वल्लों इह कहा गया है कि असीं आउण वालीआं मीटिंगां दे विच इसदा पूर्ण हल कढ लवांगे, तो उम्मीद है कि हल कोई ना कोई निकले ते साडे बजुर्ग बच्चे ते मातावां जो अनशन दे विच उत्थे धरने दे विच बैठे ने वापस परतन ते घरां दे विच आ के कामकार दे उत्ते लगन। सो डल्ला साहब बहुत बहुत धन्नवाद चर्चा दे विच, बहुत धन्नवाद जी।